ਤਾਂ ਬੜੀਆਂ ਮੁਸ਼ਕਲਾਂ ਸਰ ਬਾਰਡਰ ਪਰ ਗੋਲੀ ਚਲਦੀ ਆ ਤਾਂ ਵੀ ਅਸੀਂ ਇੱਥੇ ਬੈਠੇ ਦਿਆਂ ਕੰਨੀਆਂ ਗੋਲੀ ਸਾੜਾ ਗਰਾں ਗੋਲੇ ਪਾਉਂਦੇ ਨੇ ਤਾਂ ਵੀ ਅਸੀਂ ਖੰਨੇ ਆ ਇੱਥੇ ਗੋਲੇ ਬੈਠੇ ਦਿਆਂ ਸਭ ਕਿਛੇ ਉਹ ਸਾੜਾ ਗੰਨੇ ਬਾਰਡਰ ਪਰ ਕਿ ਜਿੰਦੀਆਂ ਮੁਸ਼ਕਲਾਂ ਤਾਂ ਆਂਦੀਆਂ ਬਾਰਡਰ ਪਰ ਆਂਦੀਆਂ ਗਾਂਦੀਆਂ ਤੁਸੀਂ ਪਤਾ ਸਰ ਸਾਰੇ ਬੜੇ ਮੁਸ਼ਕਲੀਆਂ ਸੇ ਪੜਾਇਆ ਦਾ ਸਾਰੀ ਨਹੀਂ ਬੜੇ ਕਾ ਮੁਸ਼ਕਲੇ ਸਾੜੇ ਗਰਾں ਦੇ ਬੰਦੇ ਤੁਸੀਂ ਪੁੱਛੀ ਸਕਦੇ ਅਸੀਂ ਕਿੰਗੀਆਂ ਪੜਾਇਆ ਦਾ ਨਹੀਂ ਸਰ ਦਿਹਾੜੀਆਂ ਲਾਈਆ ਸਰ ਤੁਸੀਂ ਦੱਸੋ ਨੌਕਰੀਆਂ ਲੈਣੀ ਤਾਂ ਬੱਚੇ ਹੀ ਪੜਾਈ ਸਕਦੇ ਅਸੀਂ ਜੰਮੂ ਬੱਚੇ ਹੀ ਦਿੱਲੀ ਭੇਜਣਾ 100 ਰੁਪਿਆ ਕਰਾਇਆ ਦਿੱਲੀ ਦਾ ਦੋ ਬੱਚੇ ਜਾਂਦੇ ਹੈ ਸਾੜ ਤੇ ਬੱਚਿਆਂ ਪਰ ਤਾਂ ਉਮੀਦ ਹੁੰਦੀ ਸਰ ਸਾਰੇ ਤੇ ਜੇ ਬੱਚੇ ਗਾ ਨਹੀਂ ਸਾਡੇ ਕੋ ਤਾਂ ਲੱਗੇ ਤੇ ਸਾਡਾ ਕੀ ਫਾਇਦਾ ਇਹਨਾਂ ਪੜਾਣੇ ਲਗਾਣੇ ਦਾ ਬੱਡ ਪਰ ਰਹੀਆ ਵੀ ਆਸ ਗੋਲੇ ਵੀ ਖਾਦੇ ਆਂ ਔਰ ਬੱਚੇ ਵੀ ਆਸ ਜੰਮੂ ਡੇਲੀ ਪੇਜ ਦੇ ਰਹੇ ਆਂ ਬੜਾ ਮੁਸ਼ਕਲ ਹੁੰਦਾ ਚਲੋ ਬੱਚੇ ਜੰਮੂ ਜਾਂਦੇ ਆਂ ਰਸਤੇ ਜੀ ਸੋਚਦੇ ਪਤਾ ਨਹੀਂ ਕਿਥੇ ਕਿਸ਼ੋ ਹੀ ਜਾਣਾ ਤੇ ਬੜੇ ਮੁਸ਼ਕਲੇ ਕਿੰਨੀ ਵਾਰੀ ਬੱਚੇ ਆਖਣਾ ਤੋ ਸੁਧਰ ਘਰ ਰਵੋ ਰਿਸ਼ਤੇਦਾਰਾਂ ਦਾ ਘਰ ਰਵੋ ਆਪੇ ਜਾਣੀ ਤਾਂ ਸੂਲੀ ਚੜੀ ਦਿੰਦੀ ਆਂ ਬੱਚੇ ਕਿਥੇ ਪੁੱਜਿਓ ਵਾਪਸੀ ਕਿੰਮੇ ਗੋਲਾਵਾਰੀ ਹੁੰਦੀ ਹੈ ਸਾਰੀ ਜਾਨ ਮੁੱਠੀ ਆ ਜਾਂਦੀ ਹੈ ਬੜਾ ਬੱਚੇ ਕੋਈ ਕੋਈ ਨਹੀਂ ਜਾਂ ਕੋਈ ਕੋਇਆ ਸਾ ਆਸਾ ਤੋ ਉਬੀ ਚਲੋ ਉਹ ਹੈ ਬੜੇ ਮੁਸ਼ਕਲੇ ਹੁਣ ਇੱਕ ਬਾਟਰ ਪਟਾਲੀ ਨੂੰ ਖੜਤੀ ਤੇ ਸਾਡੀ ਬੱਚੇ ਫੇਟੋ ਇਹ ਦੋ ਹੀ ਕੁੜੀਆਂ ਹੀ ਮੇਰੀਆਂ ਤੇ ਦੋਨੇ ਜਾਂ ਇੱਕ ਇਹ ਵੱਡੀ ਆ ਤੇ ਨਿੱਕੀ ਵਿਚਾਰੀ ਪਿਸਗਾ ਹੈ ਚਲੋ ਮੈਂ ਦੇਖਿਆ ਕੋਈ ਇਹ ਬਾਟਰ ਪਟਾਲੀ ਦੇ ਪਹਿਲੇ ਭਰਤੀ 3 ਸਾਲ ਵੀ ਭਰਤੀ ਹੋਏ ਇੰਦੇ ਵਾਸਤੇ ਬੜਾ ਹੀ ਮੁਸ਼ਕਲਾਂ ਆਈਆਂ ਸੋਰਸ ਕੋਈ ਨਹੀਂ ਔਰ ਸਰ ਜ ਫੌਜ ਹੈ ਤੇ ਜਾਂ ਜ਼ਿੰਮੇਦਾਰੀ ਹੈ ਯਾ ਕੋਈ ਪੁਲਿਸ ਹੈ ਅਸੀਂ ਬੜੀ ਮੀਰੀ ਦੇ ਬੱਚੇ ਫਿੱਟ ਹੋਏ ਨੇ ਤਾਂ ਸਿਹਤ ਕਾਲ ਇਹਦਾ ਕੋਈ ਨੰਬਰ ਚੜਾ ਜਾਂਦਾ ਆਸ ਵੀ ਕੋਈ ਮੇਰੇ ਵੀ ਸਾਹ ਸੌਖਾ ਹੀ ਆ ਸਾਹ ਸੌਖਾ ਉਹਨੇ ਬਜਾਇ ਸਾਰਾ ਉਲਟਾ ਹੋਰ ਜ਼ਿਆਦਾ ਬੁਕੜਾ ਰੋਜ ਨਹੀਂ ਜਾਣਾ ਹੁੰਦਾ ਰੋਜ ਦੇ ਕੰਨੇ ਪੈਂਟਾ ਬੜਾ ਲੰਮਾ ਟੈਂਡਾ ਬੜਾ ਲੰਮਾ ਕਰਾਏ ਨਹੀਂ ਸਾਲੋ ਪੂਰੇਵਾ ਦਿੰਦੇ ਅਜਸ ਖੌਰ ਸਬ ਡਿਵੀਜ਼ਨ ਜਿਹੜਾ ਉਸ ਦੇ ਇੱਕ ਗ੍ਰਾਮ ਪ੍ਰਗਵਾਲਾ ਦਾ ਤੋਂ ਉਥੇ ਨਾਂ ਸੁਣੇਦਾ ਗਉਣਾ ਕੀ ਕਿ ਪ੍ਰਗਵਾਲ ਪਹਿਲਾਂ ਇੱਕ ਟਾਪੂ ਆ ਬੜੇ ਮੁਸ਼ਕਿਲ ਇੱਥੇ ਪੁੱਜਣਾ ਹੁੰਦਾ ਹਾ ਕੀ ਕਿ ਇੰਦਰੀ ਪਤਨਾ 베ੜੀ ਪਾਉਣੀ ਤੇ ਫਿਰ 베ੜੀ ਕੀ ਬਲਗਦੇ ਰਾਉਣਾ ਭਈ ਕੁਸਵੇਲੇ ਰਵਾਟ ਟੱਬਦੀ ਹੈ ਜਾਂ ਪਾਟ ਆਪਣਾ ਇੱਕ ਲੰਮਾ ਪੈਂਡਾ ਤੈਅ ਕਰਨੇ ਪਉਂਦਾ ਤੇ ਬੜਲੇ ਬੰਦਾ ਸ਼ਹਿਰਾ ਦਾ ਹੁੰਦਾ ਤੇ ਸਾਂਝ ਕਰੋਂਦੇਗਾ ਇਸ ਪ੍ਰਗਵਾਲ ਇਲਾਕੇ ਚ ਬੰਦਾ ਪੁੱਜਦਾ ਪਰ ਸਾਮਾ ਬਦਲੀ ਗਿਆ ਔਰ ਇੱਕ ਬਾਇਆ ਜਿਹੜਾ ਆਪਣਾ ਖਨੂਰਾ ਦਾ ਦੂਆ ਬਾਇਆ ਜਿਹੜਾ ਸਿੱਧੇ ਖਾਲੇਦਰੇ ਮੜ ਬਲਾਗ ਵਿੱਚ ਜਾਂਦਾ ਹ ਉਹ ਬਾਇਆ ਜਿਹੜਾ ਬੰਦ ਹੋਆ ਤੇ ਇੱਕ ਸੜਕ ਜਿਹੜੀ ਹੈ ਉਹ ਪ੍ਰਗਵਾਲ ਵਾਲੀ ਬੱਕੀ ਆਉਂਦੀ ਹੈ ਇਤਿਹਾਸ ਦਫਤਰਾ ਜਿਸ ਮਿਲ ਹੈ ਚਲੇ ਹੇ ਤੇ ਇੱਥਾ ਅਸੀਂ ਗੀ ਆਪਣੀ ਗੱਡੀ ਰ ਪੁੱਜਦੇ ਲਗਭਗ ਪੌਣੇ 2 ਘੰਟੇ ਜਿਹੜੇ ਨਾ ਉਹ ਅਸੀਂ ਇੱਥੇ ਲੱਗੇ ਨਾ ਅੰਤਰਰਾਸ਼ਟਰੀਆ ਸੀਮਾ ਕੰਨ ਲੱਗਦਾ ਏ ਪਲਵਾਲ ਮੂਲੂ ਜਿਹੜਾ ਗ੍ਰਾਂ ਹੈ ਇਹ ਪੰਚਾਇਤ ਇੱਕ ਬੜਾ ਵੱਡਾ ਗ੍ਰਾਂ ਹੈ ਇੱਥੇ ਪੁੱਜਦੇ ਅਸੀਂ ਲਗਭਗ ਪੌਣੇ 2 ਘੰਟੇ ਇੱਥੇ ਲੱਗੇ ਨਾ ਦੂਰ ਦੇ ਡੇਡਾ ਲਾਕਾ ਬਾਰਡਰ ਕੰਨ ਲੱਗਦਾ ਹੈ ਤੇ ਜੇ ਕੋਸਨ ਬੱਸਾਂ ਪਰ ਵੀ ਹੈ ਜਾਂ ਜਿਹੜੀਆਂ ਗੱਡੀਆਂ ਉੰਦਰ ਵੀ ਹੈ ਜਾਣਾ ਹੋਵੇ ਤੇ ਫਿਰ ਹੋਣੀਗੀ ਹੋਰ ਲੰਮਾ ਪੈਂਡਾ ਤੈਅ ਕਰਨੇ ਪੋਂਦਾ ਇਥੋਂ ਕਈ ਪਣਾ ਹੋਣੀਗੀ ਰਸਤੇ ਚ ਦੇਖਣੇ ਪਉਂਦੀਆਂ ਤੇ ਪੀ ਜੀ ਹੈ ਕੋ ਦਾ ਉਹ ਸ਼ਹਿਰ ਪੁੱਜੇ ਬੜਾ ਮੁਸ਼ਕਲ ਹੈ ਤਾਂ ਔਰ ਵੈਸੇ ਵੀ ਆ ਦਿਖਿਆ ਜਾਦਾ ਸਰਕਾਰ ਨੇ ਬਾਰਡਰ ਬਟਾਲੀ ਨਾ ਖੜੇ ਰੀਆਂ ਹੀ ਆ ਕਿ ਬਾਰਡਰ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਉਹਦੇ ਚ ਪ੍ਰਤੀ ਕੀਤਾ ਜਾ ਉਹਦਾ ਪ੍ਰੋਸੈਸ ਸ਼ੁਰੂ ਹੋਵਾ ਤੇ ਚਲੋ ਇਸ ਉਪਰ ਮੈਂ ਬਾਤ ਚ ਗੱਲ ਕਰਨਾ ਗੱਲ ਕਰਨੀ ਆ ਭਾਈ ਇਥੋਂ ਦੇ ਜਿਹੜੇ ਬਸਨੀਕ ਉਨੇ ਕੀ ਆਪਣੇ ਬੱਚੇ ਕੀ ਪੜਾਣੇ ਤਾਈ ਕਿੰਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਉਂਦਾ। ਕਿਆ ਉਹਦੇ ਬੱਚੇ ਕੀ ਕੀ ਸੀਮਾ ਕਰਨ ਲੱਗਦੇ ਲਾਕਨ ਔਰ ਜਿਸ ਵੇਲੇ ਤੁਸੀਂ ਦੇਖਿਆ ਹੋਣਾ ਬਈ ਜਿਸ ਵੇਲੇ ਹੁਣ ਤੇ ਚਲੋ ਸੀਸ ਫਾਇਰ ਹੋਏਦਾ ਤੇ ਇੱਥੇ ਜਿਹੜੀ ਗੋਲਾਬਾਰੀ ਬੜੀ ਘੱਟ ਹੁੰਦੀ ਹੈ ਹੁੰਦੀ ਕਿ ਨਹੀਂ ਪਿਛਲੇ ਕਈ ਮਹੀਨੇ ਤਮਾਸ ਦੇਖਿਆ ਕਰਨਿਆ ਪਰ ਜਿਸ ਵੇਲੇ ਇੱਥੇ ਗੋਲਾਬਾਰੀ ਹੁੰਦੀ ਹੈ ਤੇ মিডিਆ ਜਿਹੜਾ ਬੜੇ ਤੌਲੇ ਇੱਥੇ ਪੁੱਜੀ ਜਾਂਦਾ ਪਰ ਇਹਨੇ ਲੋਕਾਂ ਦਾ ਦੁੱਖ ਦਰਦ ਸੁਣਨੇ ਤਾਈ ਜਾਂ ਦਿਖਣੇ ਤਾਂ ਇਹਨੇ ਲੋਕਾਂ ਕੀ ਕੀ ਦਿੱਕਤਾਂ ਆਵਾ ਕਰਦੀਆਂ ਉੰਤੇ ਤਾਂ ਇੱਥੇ ਮੀਡੀਆ ਜਿਹੜਾ ਉਸ ਦੀ ਨਜ਼ਰ ਕਿ ਇੱਥੇ ਨਹੀਂ ਆਉਂਦੀ ਕੀ ਕੀ ਫਿਰ ਉਸ ਦੀ ਜਿਹੜੀ ਨਜ਼ਰ ਹੈ ਉਹ ਸਵੇ ਲੈ ਇਧਰ ਪਉਂਦੀ ਹੈ ਜਿਸ ਵੇਲੇ ਕੋਈ ਪਾਕਿਸਤਾਨ ਦੀ ਵਕੀ ਦਾ ਗੋਲਾਬਾਰੀ ਹੁੰਦੀ ਹੈ ਤੇ ਇਸ ਵਾਸਤੇ ਅੱਜ ਅਸੀਂ ਇੱਥਾ ਆਏ ਆ ਇਹਦੇ ਕਨੇ ਗੱਲਬਾਤ ਕਰਗੇ ਕੀ ਕੀ ਮੁਸ਼ਕਿਲਾਂਤਾਂ ਨਿਆਣੇ ਕੀ ਪੜਾਣੇ ਚਾਹੁੰਦੀਆਂ ਨਾ ਤੇ ਇਸ ਦੇ ਇਲਾਵਾ ਹੋਰ ਇਹਦੇ ਜਿਹੜੇ ਤੋਂ ਸਮਾਜਿਕ ਜਿਹੜੀਆਂ ਇਹਨੇ ਦੁਸ਼ਵਾਰੀਆਂ ਉਹ ਕਰਦੀਆਂ ਉਹਦੇ ਕਨੇ ਦੋ ਚਾਰ ਕਰਕੇ ਗੱਲਬਾਤ ਅਸ ਕਰਕੇ ਤੋਂ ਮੇਰੇ ਕੰਨਾਂ ਬਲਬੀਰ ਸਿੰਘ ਹੋਰ ਬੈਠੇ ਦਿਨ ਇਸੇ ਘਰਾਂ ਦੇ ਰੌਣੇ ਵਾਲੇ ਨੇ ਬਲਬੀਰ ਸਿੰਘ ਜੀ ਸਿੱਧੀ ਲਕੀਰ ਚ ਤੁੰਦਾ ਸਵਾਗਤ ਹੈ ਜੀ ਹਾਂ ਜੀ ਆਸੇ ਮਾਰੇ ਬੱਚੇ ਪੜਾਣੇ ਬੜੀ ਮੁਸ਼ਕਲ ਆਉਂਦੀਆਂ ਜਦ ਆਸੇ ਜਿਹੜੀ ਲਾਈਏ ਬੱਚੇ ਕਾਲੇ ਭੇਜਣਾ ਹੁੰਦਾ ਨਾ ਤਾਂ ਅਸੀਂ ਇੰਦੀ ਫੀਸਾਂ ਕਰਨਾ ਮੁਸ਼ਕਲ ਹੁੰਦੀਆਂ ਪੂਰੀਆਂ ਕਰਨੀ ਹੁੰਦੀਆਂ ਫਿਰ ਲਾਸਟ ਜਿਹੜਾ ਸਾਡਾ ਫਾਇਰਿੰਗ ਹੁੰਦੀ ਨਾ ਜਿਹੜਾ ਜਿਹੜਾ ਬੱਚੇ ਸਾਰੇ ਬੱਸਿਆ ਜਾਂਦੇ ਤਾਂ ਅਸੀਂ ਡਰਨ ਦਾ ਬੱਚੇ ਦੇ ਕਿਲੇ ਕੋਈ ਕਿਹਾ ਕੋਈ ਆ ਕੋਈ ਉਹ ਆ ਕੋਈ ਗੱਲ ਉਹ ਨਹੀਂ ਜਾ ਅਸੀਂ ਜਿੰਜਾ ਜੰਮੂ ਦਾ ਹੈ ਜੰਮੂ ਪੁੱਜਦਣ ਤਾਂ ਵੀ ਆ ਫੋਨ ਕਰੀ ਪੁੱਛਣ ਬੱਚੇ ਕਿੱਥੇ ਪੁੱਜਿਓ ਵਾਪਸੀ ਕੇ ਮੇਰੇ ਗੋਲਾਵਾਰੀ ਹੁੰਦੀ ਹੈ ਸਾਰੀ ਜਾਨ ਮੁੱਠੀ ਆ ਜਾਂਦੀ ਹੈ ਪਰ ਬੱਚੇ ਕੋਈ ਉਹ ਨਹੀਂ ਜਾ ਕੋਈ ਕੋਈ ਆਸਾ ਆਸਾ ਤਾਂ ਉਬ ਵੀ ਚਲੋ ਉਹ ਹੈ ਬੜੇ ਮੁਸ਼ਕਲੇ ਹੁਣ ਇੱਕ ਬਾਟਰ ਪਟਾਲੀ ਨੂੰ ਖੜਤੀ ਤੇ ਸਾਡੀ ਬੱਚੇ ਫੇਟੋ ਇਹ ਦੋ ਹੀ ਕੁੜੀਆਂ ਹੀ ਮੇਰੀਆਂ ਤੇ ਦੋਨੇ ਜਾਂ ਇੱਕ ਇਹ ਵੱਡੀ ਆ ਤੇ ਨਿੱਕੀ ਵਿਚਾਰੀ ਪਿਸਗਾ ਹੈ ਚਲੋ ਮੈਂ ਦੇਖਿਆ ਕੋਈ ਇਹ ਹੈ ਬਾਟਰ ਪਟਾਲੀ ਦੇ ਪਹਿਲੇ ਪਰਥੀ 3 ਸਾਲ ਵੀ ਪਰਥੀ ਹੋਏ ਇੰਦੇ ਵਾਸਤੇ ਬੜੇ ਮੁਸ਼ਕਲਾਂ ਆਈਆਂ ਮੂਝੇ ਜਿਹੜਾ ਡੋਮਿਸਾਈਲ ਬਣਾ ਦੇ ਉਹ ਵੀ ਕਨੇ ਜੋੜਾ ਦੇਣ ਇਹਨੇ ਜਿਹੜੇ ਪਹਿਲੇ 3 ਸਾਲ ਫੇਟੋ ਇਹਦੇ ਇਨੀ ਪਹਿਲੇ ਪਰਥੀ ਕਰਨ ਚਾਹੀਦਾ ਪਹਿਲੇ ਇੰਦਰ ਨੰਬਰ ਹੋਣਾ ਚਾਹੀਦਾ ਬਾਕੀ ਅਸੀਂ ਕੋਈ ਦੁਖਣੀ ਹੁੰਦਾ ਜਿਹੜੇ ਡੋਮਿਸਾਈਲ ਬਣਾ ਦੇ ਅਸੀਂ ਕੋਈ ਦੁਖਣੀ ਨੂੰ ਖੋਜੀਏ ਕੋਈ ਹੋਰ ਵੀ ਪਰ ਪਰthi ਉਹੀ ਜਾਣ ਤੁਸੇ ਦਸੋ ਸਿੰਘ ਸਾਹਿਬ ਇਹ ਕੰਮ ਕਾਜ ਕੀ ਹੈ ਤੂੰ ਦਾ ਕੋਈ ਸਰਕਾਰੀ ਮਲਾਜਮ ਹੋ ਜਾਂ ਕਰਾ ਦਾ ਕੰਮ ਸਰਕਾਰੀ ਕੋਈ ਮਲਾਜਮ ਨਹੀਂ ਮੈਂ ਉਹਦੇ ਕੋਈ ਸੱਠ ਬੈਠ ਸਕਦਾ ਉਹੀ ਆ ਜਿੰਮੇਦਾਰੀ ਸੜੋ ਕਮਾਂਡਰ ਜੀ ਵੀ ਹੈ ਜਿਹੜੀ ਕਾਹਦੇ ਕਰਨੇ ਬਾਕੀ ਮੈ ਲਾਨਾ ਦਿਹਾੜੀ ਲੋਆਈਆਂ ਦਾ ਕੰਮ ਕਰਨਾ ਮੈਂ ਜੰਨਾ ਕੋ ਹਗਣਾ ਦਿਹਾੜੀ ਲਾਣ ਰੁਪਿਆ ਕੋ 200 ਦੰਦਾ ਕੋ 250 ਦੰਦਾ ਕੋ 300 ਦੰਦਾ ਦੀ ਖਰਚੇ ਪੂਰੇ ਆਪਰੇਟੇ ਟੇਪੋਖ ਰੱਖੀਏ ਪਰ ਭੁੱਖੇ ਨੰਗੇ ਰਹੀਏ ਇਨੇ ਬੱਚੇ ਆ ਬੜੇ ਮੁਸ਼ਕਲ ਇੱਥੇ ਪਹਜਾਇਆ ਤਾਂ ਉਹਨੇ ਫੇਟੋਏ 3 ਸਾਲ ਹੋਈਆਂ ਨਾ ਇਹਨੇ ਅੱਗੇ ਗਵਰਨਮੈਂਟ ਸੁਣਾਦੀ ਹੈ ਤਾਂ ਨਾ ਕੋਈ ਹੈ ਗਵਰਨਮੈਂਟ ਸੁਣਿਆ ਦਾ ਅਸੀਂ ਵੀ ਕੋਈ ਅਮੇਤਾ ਇੰਦਰ ਸੋਰਸ ਕੋਈ ਨਹੀਂ ਔਰ ਸਰ ਜ ਫੌਜ ਹੈ ਤਾਂ ਜਾਂ ਜ਼ਿੰਮੇਦਾਰੀ ਹੈ ਜਾਂ ਕੋਈ ਪੁਲਿਸ ਹੈ ਅਸੀਂ ਬੜੀ ਮੀਰੀ ਦੇ ਬੱਚੇ ਫੇਟੋਏ ਨੇ ਨਾ ਤਾਂ ਸਿਹਤ ਕਾਲ ਇਹਦਾ ਕੋਈ ਨੰਬਰ ਚੜੀ ਜਾਂਦਾ ਅਸ ਵੀ ਕੋਈ ਮੇਰੇ ਵੀ ਸਾਹ ਸੌਖਾ ਹੀ ਆ ਸਾਹ ਸੌਖਾ ਉਹਨੇ ਬਜਾਇ ਸਾਰਾ ਉਲਟਾ ਔਰ ਜ਼ਿਆਦਾ ਬਕੜਾ ਰੋਜ ਨਹੀਂ ਜਾਣਾ ਹੁੰਦਾ ਰੋਜ ਦੇ ਕੰਨੇ ਪੈਂਟਾ ਬੜਾ ਲੰਮਾ ਪੈਂਟਾ ਬੜਾ ਲੰਮਾ ਕਰਾਏ ਨਹੀਂ ਸਾਲੋ ਪੂਰੇਵਾ ਦਿੰਦੇ ਰੋਜ ਜਾਣਾ ਬੁਲਾਇੰਦੇ ਰੋਜ ਜਾਣਾ ਬੁਲਾਇੰਦੇ ਕਦੇ ਅ ਦਾ ਕਰਨ ਕੋਈ ਬੁਲਾਦਾ ਕਰਨ ਕੋਈ ਵੀ ਮੀਡੀਆ ਦਾ ਬੁਲਾ ਦੇ ਜੇ ਬੁਲਾਣਾ ਮੇਰੇ ਮੇਰੇ ਕੋਲ ਕਰਾਇਆ ਵੀ ਕਿੰਦਾ ਨਿਕਲਾ ਮੁਸ਼ਕਲੀ ਦਾ ਇਹਦੇ ਬਸ ਅੱਛਾ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਬੁਲਾਉਂਦੇ ਹਾਂਜੀ ਆ ਰਾਜਨੀਤਿਕ ਪਾਰਟੀ ਬੁਲਾਉਂਦੇ ਨੂੰ ਕੁੜੀ ਜਦੋਂਗੀ ਸਰੀਰ ਬਣੀ ਦੀ ਐ ਤਾਂ ਉਹਨੇ ਵੀ ਬੁਲਾਉਂਦੇ ਕੋਈ ਤੋਸੇ ਦਰਾਓ ਜੀ ਆਸੇ ਤੁਹਾਡਾ ਇਹ ਕੰਮ ਕਰਨੇ ਉਹ ਕਰਨੇ ਕੰਮ ਕੁਮ ਤਾਂ ਉਹਨੇ ਕਰਨਣ ਸੜਾ ਤੇ ਨਾ ਇਹ ਕੰਮ ਆ ਮੇਦਾ ਕੋਈ ਜਿੰਗਿਆ ਨੇ ਦੱਸਿਆ ਪਈ ਹਾਂਜੀ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਬੁਲਾਉਂਦੇ ਨੇ ਤੇ ਕੋਈ ਫਰਿਆਦ ਉਹ ਮਾ ਕੁ ਪ੍ਰਤਕਰ ਪੁੱਜੀ ਹੈ ਕੋਈ ਨਹੀਂ ਸਰ ਕੋਈ ਨਹੀਂ ਪੁੱਜੀ ਹੈ ਕੋਈ ਫਰਿਆਦ ਨਹੀਂ ਪੁੱਜੀ ਹੈ ਸਰ ਨਾਰਾ ਨਾ ਪਲਾ ਜੰਦੇ ਰੋਜ਼ ਨੀ ਬੇਟੇ ਬੱਚੇ ਪਤਾ ਕੋਈ ਨਹੀਂ ਆ ਵੀ ਕੀ ਇਹ ਗੱਲਬਾਤ ਹੁੰਦੀ ਆ ਕਿ ਨਹੀਂ ਬਸ ਇਹ ਸੁਣਾਉਂਦੇ ਨੇ ਕੋਈ ਗੱਲਬਾਤ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਆ ਪ੍ਰੋਟੈਸਟਸ ਕਰਾਦੇ ਆ ਕੋਈ ਸੁਣਵਾਈ ਨਹੀਂ ਹੋਈ ਆ ਅੱਛਾ ਇਸ ਸੀਮਾ ਬਰਤੀਲਾ ਕਾ ਬਾਡਰ ਦਾ ਇਲਾਕਾ ਹੈ ਜੀ ਕਿ ਕਿ ਮੁਸ਼ਕਿਲਾਂ ਤੁਸੀਂ ਇਹ ਆਉਂਦੀਆਂ ਨੇ ਬੱਚੇ ਸਰ ਸਾਹਮਣਾ ਲੰਭੀਆਂ ਨੇ ਮੁਸ਼ਕਲਾਂ ਸਰ ਬਾਰਡਰ ਪਰ ਗੋਲੀ ਚਲਦੀ ਆ ਤਾਂ ਵੀ ਅਸੀਂ ਇੱਥੇ ਬੈਠੇ ਦਿਆਂ ਕੰਨੀਆਂ ਗੋਲੀ ਸਾੜਾ ਘਰਾ ਗੋਲੇ ਪਾਉਂਦੇ ਨੇ ਤਾਂ ਵੀ ਅਸੀਂ ਖੰਨੇ ਆ ਇੱਥੇ ਗੋਲੇ ਬੈਠੇ ਦਿਆਂ ਸਭ ਕੇ ਸੇ ਉਹ ਅੱਧਾ ਸਾੜੇ ਘੰਨੇ ਬਾਰਡਰ ਪਰ ਕਿ ਜਿੰਨੀਆਂ ਮੁਸ਼ਕਿਲਾਂ ਆਉਂਦੀਆਂ ਬਾਰਡਰ ਪਰ ਆਉਂਦੀਆਂ ਗਆਂਦੀਆਂ ਤੁਸੀਂ ਪਤਾ ਸਰ ਸਭ ਕੁਝ ਤੇ মিডিਆ মিডিਆ ਵਾਲੇ ਚਲੋ ਹੌਸਲਾ ਤੇ ਆਂਦੇ ਨੇ ਜਿਸਲਾ ਫਾਇਰਿੰਗ ਹੁੰਦੀ ਆ ਇਆਂ ਕੋਈ ਨਹੀਂ ਸਾਡੀ ਸੁਣਦਾ ਹੁਣ ਬੱਚੇ ਸਾੜੇ ਸਰ ਫਿੱਟ ਹੋਏ ਦੇ ਨਾ ਇਹ ਉਮੀਦ ਹੀ ਸਾੜੀ ਬੱਚੇਂ ਪਰ ਉਮੀਦ ਹੀ ਚਲੋ ਬੱਚਾ ਦਾ ਸਾੜਾ ਬੇਟਾ ਦਾ ਛੋਟਾ ਆ ਸਿਆ ਕੇ ਚਲੋ ਸਾੜੀਆਂ ਬੇਟੀਆਂ ਹੋਈਆਂ ਚਲੋ ਇਹ ਕੁਦਾ ਆ ਗਿਆ ਜਾਣਣ ਤੇ ਅਸੀਂ ਵੀ ਉਮੀਦ ਹੀ ਹਿੰਦੇ ਪਰ ਪਰ ਸਰ ਕੋਈ ਨਹੀਂ ਉਮੀਦ ਆ ਹੁਣ 3 ਸਾਲ ਹੋਈਆ ਪਰਥੀ ਹੋਏ ਦੇ ਆਸ ਇਹ ਜਾਣਨੇ ਆ ਕਿ ਇੰਦਾ ਪਹਿਲਾ ਇੰਦਾ ਬੱਚੇ ਦਾ ਪੇਪਰ ਲੈਤਾ ਜਾ ਜਿਹੜੇ ਪਹਿਲਾ ਪਰਥੀ ਹੋਏ ਦੇ ਨੇ ਜਿਹੜੇ ਬਾਅਦ ਵਿੱਚ ਉਹ ਆਦੇ ਚਲੋ ਉਹਦੀ ਲਗ ਪਰਥੀ ਕਰਵਾਈ ਜਾ ਜਾਂ ਮਤਲਬ ਵਗੈਸੀ ਵਧਾਈ ਜਾ ਜੋ ਜੀਆਂ ਵੀ ਹੋਣੇ ਚੰਗਾ ਲੱਗਦਾ ਇਆਂ ਕਰਨਾ ਚਾਹੀਦਾ ਸਰ ਅੱਛਾ ਤੁਸੀਂ ਬੇਟੀ ਦੀ ਗੱਲ ਕੀਤੀ ਤੇ ਪੜਾਈ ਲਿਖਾਈ ਕੁੱਤੂ ਤੋਂ ਕਰ ਕਰਾਈ ਸਰ ਇਹ ਢਵਲਾ ਮੈਂ ਕੀਤੀ ਦੀ ਹੈ ਨਾ ਅੱਛਾ ਤੇ ਬੜੇ ਮੁਸ਼ਕਿਲਿਆ ਸੇ ਪੜਾਇਆ ਦਾ ਸਾਰੀ ਨਹੀਂ ਬੜੇ ਕਾ ਮੁਸ਼ਕਿਲਿਆ ਸਾਡੇ ਗ੍ਰਾਂਦੇ ਮੰਦੇ ਨੂੰ ਪੁੱਛੀ ਸਕਦੇ ਆ ਕਿੰਗੀਆਂ ਪੜਾਇਆ ਨਹੀਂ ਸਰ ਦਿਹਾੜੀਆਂ ਲਾਈਆ ਸਰ ਤੁਸੀਂ ਦੱਸੋ ਨੌਕਰੀਆਂ ਲੈਣੀ ਤਾਂ ਬੱਚੇ ਹੀ ਪੜਾਈ ਸਕਦੇ ਆ ਜੰਮੂ ਬੱਚੇ ਹੀ ਦਿੱਲੀ ਭੇਜਣਾ 100 ਰੁਪਿਆ ਕਰਾਇਆ ਦਿੱਲੀ ਦਾ ਦੋ ਬੱਚੇ ਜਾਂਦੇ ਹੈ ਸਾਡੇ ਜੰਮੂ ਕਿੰਗੀਆਂ ਅਸੀਂ ਬੱਚੇ ਹੀ ਪੜਾਇਆ ਦਾ ਤੇ ਬੱਚਿਆਂ ਪਰ ਕਾ ਉਮੀਦ ਹੁੰਦੀ ਸਰ ਸਾਰੇ ਜੇ ਬੱਚੇਗਾ ਨਹੀਂ ਸਾੜੇ ਕੁ ਦਾ ਲੱਗੇ ਤੇ ਸਾੜਾ ਕੀ ਫਾਇਦਾ ਇੰਨਾ ਪੜਾਣੇ ਲਗਾਣੇ ਦਾ ਨਹੀਂ ਬੱਡ ਪਰ ਰਹੀਆ ਵੀ ਆਸ ਗੋਲੇ ਵੀ ਖਾਦੇ ਆਂ ਔਰ ਬੱਚੇ ਵੀ ਆਸ ਜੰਮੂ ਡੇਲੀ ਪੇਜ ਦੇ ਰਹੇ ਆਂ ਬੜਾ ਮੁਸ਼ਕਲ ਹੁੰਦਾ ਜਦੋਂ ਬੱਚੇ ਜੰਮੂ ਜਾਂਦੇ ਆਂ ਰਸਤੇ ਜੀਆ ਸੋਇਦੇ ਪਤਾ ਨਹੀਂ ਕੁੱਥੇ ਕਿਸ਼ੋ ਹੀ ਜਾਣਾ ਤੇ ਬੜੇ ਮੁਸ਼ਕਲ ਨੇ ਕਈ ਵਾਰੀ ਬੱਚੇ ਆਖਣਾ ਤੋ ਸੁਧਰ ਘਰ ਰਵੋ ਰਿਸ਼ਤੇਦਾਰਾਂ ਦਾ ਘਰ ਰਵੋ ਆਪੇ ਜਾਣੀ ਤਾਂ ਸੂਲੀ ਚੜੀ ਦਿੰਦੀ ਹੀ ਅੱਛਾ ਆਉਣੇ ਜਾਣੇ ਦਾ ਕੀ ਸਾਦਣਾ ਤੁੰਦੇ ਸਰ ਬੱਸਾਂ ਪਰ ਜਾਂਦੇ ਜੰਦੇ ਬੱਸਾਂ ਪਰ ਜਾਂਦੇ ਨੇ ਤੂੰ 5 ਰੁਪਏ ਕਰਾਇਆ ਸਰ 1 ਨੰਬਰ ਦਾ 50 ਰੁਪਏ ਕਰਾਇਆ ਜੰਮੂ ਦਾ ਤੇ ਡੇਲੀ 100 ਰੁਪਿਆ ਦੇਣਾ ਦਿਹਾੜੀਦਾਰ ਬੰਦੇ ਨਾਲ ਕੁੱਥੂ ਕੱਢਣਾ ਦਿਹਾੜੀਦਾਰ ਬੰਦਾਂ ਨੇ ਕੱਢੀ ਸੜ 100 ਰੁਪਿਆ ਡੇਲੀ ਦਾ ਕੁੱਥੂ ਕੱਢਣਾ ਜੇ ਸਾਡੇ ਕੋਲ 100 ਰੁਪਿਆਸਾ ਨਹੀਂ ਆਉਦੇ 100 ਰੁਪਿਆ ਕੁੱਥੂ ਕੱਢ ਗਏ ਅੱਛਾ ਕਰਾਜ ਕੋਈ ਮੁਲਾਜ਼ਮ ਹੈ ਕੋਈ ਨਹੀਂ ਸਰ ਮੁਲਾਜ਼ਮ ਸਾਡਾ ਬੇਟਾ ਮੇਰਾ ਛੋਟਾ ਹੈ ਤੇ ਬੇਟੀਆਂਾਂ ਦਾ ਵੱਡੀਆਂ ਹੀ ਆ ਬੇਟੀਆਂ ਉੱਪਰਾਂ ਉਮੀਦ ਹੀ ਆ ਵਿਚਾਰੀਆਂ ਪੜ੍ਹੀ ਲਿਖੀ ਆ ਭਰਤੀ ਹੋਈਆਂ ਤੇ ਇਬੀ ਕਿਸ਼ ਨਹੀਂ ਹੋਣ ਕੋਈ ਉਮੀਦ ਨਹੀਂ ਸਾਡੀ ਉਮੀਦ ਹੈ ਸਾਡੀ ਟੁੱਟੀ ਹੀ ਆ ਅਸੀਂ ਇਹ ਜਾਣਦੇ ਆ ਕਿ ਸਾਡੇ ਬੱਚੇ ਦਾ ਪੇਪਰ ਲੈਤਾ ਜਾ ਅਗਰ ਜਿਹੜਾ ਫਿੱਟ ਹੋਈ ਆ ਠੀਕ ਹੈ ਨਹੀਂ ਹੋਇਆ ਤੇ ਉਹ ਰਹੀ ਆਪਣੀ ਕਿਸਮਤ ਬੱਚੇ ਦੀ ਪਰ ਜਿੰਨੀ ਕੋਸ਼ਿਸ਼ ਹੈ ਇੰਨੀ ਤਾਂ ਕਰਨੀ ਚਾਹੀਦੀ ਨਾ ਸਰ ਕੀ ਕਿ ਜਿਸ ਵੇਲੇ ਬੱਚੇ ਗੀ ਮਾਪੇ ਪੜਾਉਂਦੇ ਨੇ ਤੇ ਉਹਦੇ ਮਾਨਾਂ ਚ ਕੋਈ ਨਾ ਕੋਈ ਮੇਦ ਹੁੰਦੀ ਹੈ ਔਰ ਉਹ ਮਿਹਨਤ ਕਰਦੇ ਨੇ ਤੋ ਕਿਆ ਤੋ ਸਮਝਦੇ ਹੋ ਕਿ ਮਿਹਨਤ ਪੱਲੇ ਪਈ ਹੈ ਨਹੀਂ ਸਰ ਸਾਡੀ ਕੋਈ ਮਿਹਨਤ ਨਹੀਂ ਪੱਲੇ ਪਈ ਇਹ ਹੈ ਕਿ ਬੱਚੇ ਸਾਡੇ ਪੜੀ ਹੈ ਨਾ ਇਹ ਮਿਹਨਤ ਹੈ ਬਾਕੀ ਕੋਈ ਸਰਵਿਸ ਨਹੀਂ ਲੱਗੀ ਬੱਚੇ ਦੀ ਕੋਈ ਕੁਛ ਨਹੀਂ ਸਰ ਕੀ ਮਿਹਨਤ ਸਾਡੀ ਪੱਲੇ ਪਈ ਹੈ ਹਾਂ ਸਹੀ ਹੈ ਜਾਣਿਆ ਕਿ ਸਾਡੇ ਬੱਚੇ ਕੁਦਾ ਨਾ ਕੁਦਾ ਲੱਗਣ ਈਯੋ ਮੀ ਦਾ ਯਾ ਸਰ ਅਕੀ ਦੀ ਬੱਚਿਆਂ ਪਰ ਗਿਆ ਪਰ ਹੁਣ ਕੋਈ ਉਮੀਦ ਨਹੀਂ ਸਾਡੀ ਅਮੀ ਟੁੱਟੀ ਹੀ ਆ ਸਰ ਬੱਚੇ ਨੇ ਪੇਪਰ ਨਹੀਂ ਉਹ ਆਦੇ ਕਿਹ ਉਮੀਦ ਆ ਸਾੜੀ 3 ਸਾਲ ਹੋਈ ਆ ਭਰਤੀ ਹੋਏ ਦੇ ਬੱਚੇ ਅਗੂ ਸ਼ਾਦੀਆਂ ਦੀ ਉਹ ਏਜ ਆਦੀ ਆ ਬੱਚੀਆਂ ਦੀ ਆ ਮੁੜੇ ਚਲੋ ਹੋਣ ਕੇ ਉਮਰ ਥੋੜੀ ਮਾਤੀ ਵੀ ਬੱਚੇ ਦੀ ਇਹ ਲੜਕੀ ਦੀ ਇਹ ਜਿਆਦਾ ਹੋਈ ਆ ਤਾਂ ਲੋਕ ਆਹਦੇ ਜੀ ਇਹਨੇ ਲੜਕੀ ਦੀ ਸ਼ਾਦੀ ਨਹੀਂ ਕੀਤੀ ਆ ਜੇ ਵੀ ਚਲੋ ਪੜਨੇ ਵਾਲੇ ਜਿਹੜੇ ਬੱਚੇ ਨੂੰ ਉਮਰ ਹੁੰਦੀ ਹੁੰਦੀ ਗਿਆ ਉਹ ਕੀ ਕਿ ਪੜਾਈ ਜਿਹੜੀ ਆ ਉਮਰੀ ਪਰਗਾਉਂਦੀ ਹੁਣ ਤੁਸੀਂ ਆ ਗਏ ਹੋ 15 ਸਾਲਾਂ ਦੀ ਬੱਚੀ ਆ ਤੇ ਉਹ ਐਮਏ ਕਰੀ ਆ ਗਿਆ ਡਬਲ ਐਮਏ ਕਰੀ ਆ ਉਹ ਨਹੀਂ ਹੁੰਦੀ ਪੜਨੇ ਵਾਲੇ ਬੱਚੇ ਦੀ ਉਮਰ ਜਿਹੜੀ ਵੱਦੀ ਕੇ ਵੱਦੀ ਆ ਵੱਦੀ ਤੇ ਆ ਸਰ ਪਰ ਫਿਰ ਜੇ ਕੋਈ ਉਮੀਦਗਾ ਵਾ ਤੇ ਅੱਗੇ ਬੱਚੇ ਹੀ ਬੰਦਾ ਪੜਾਉਂਦਾ ਵੀ ਆ ਜੇ ਉਮੀਦਗਾ ਟੁੱਟੀਆਂ ਇਨਸਾਨ ਦੀ ਤੇ ਉਹਨੇ ਅੱਗੇ ਅੱਗੇ ਪੜਾਣਾ ਤੁਸੀਂ ਇੰਨਾ ਵੀ ਸੋਚਣਾ ਕਿ ਦਿਹਾੜੀਦਾਰ ਬੰਦਾ ਤਾਂ ਉਹ ਸਾਡੀ ਕੋਈ ਜ਼ਮੀਨ ਆਖਿਆ ਸਾਡੀ ਕੋਈ 10 ਕਮਾਂ ਜ਼ਮੀਨ ਉਹ ਵੀ ਨਹੀਂ ਹੈ ਜ਼ਮੀਰ ਵੀ ਨਹੀਂ ਸਾਡੀ ਮਾਤੀ ਆ ਕੇ ਜ਼ਮੀਨ ਮਾਤੀ ਉਹ ਚਲੋ ਅਸ ਜ਼ਿੰਮੇਦਾਰੀ ਕਰੀ ਜਾ ਬੱਚੇ ਕੋ ਤਾਂ ਬਿਲਾ ਲੱਗ ਗਏ ਆ ਸਾਡੀ ਜ਼ਮੀਨ ਵੀ ਨਹੀਂ ਹੈ ਮਾਤੀ ਤਾਂ ਅਸੀਂ ਬੱਚੇ ਕੀ ਕੀ ਕਰਨਾ ਅਸੀਂ ਬੱਚੇ ਸੀਮਾ ਵਰਤੀ ਜਿਹੜੇ ਇਲਾਕੇ ਨੇ ਸਰਕਾਰ ਉਹਨੇ ਕੀ ਰਿਜ਼ਰਵੇਸ਼ਨ ਵੀ ਦਿਆ ਕਰਦੀ ਹੈ ਤੇ ਉਹਦਾ ਵੀ ਕੋਈ ਲਾਣਿਤ ਹੋ ਜਾਂਦੀ ਪੀਏ ਸਰ ਕੀ ਲਾਣ ਹੋ ਜਾਂ ਅਸੀਂ ਕੋਈ ਲਾਣ ਨਹੀਂ ਮਿਲਿਆ ਕੀ ਇਹ ਆਟਾ-ਉਟਾ ਕਾ ਮਿਲਦਾ ਸਰ ਹੋਰ ਕੀ ਲਾ ਮਿਲਿਆ ਸੀ ਬਸ ਹੋਰ ਕੀ ਕੁਝ ਨਹੀਂ ਮਿਲਿਆ ਤੁਹ ਕੀ ਤੋਂ ਸਰਕਾਰ ਕੋਲਾ ਚਾਹਦੇ ਹੋ ਆ ਸੇ ਚਾਹਨੇ ਆ ਸਰ ਕਿ ਸਾਡੇ ਬੱਚੇ ਕੋ ਦਾ ਲੱਗੀ ਆਣ ਔਰ ਇੰਦੀ ਜਿਹੜੇ ਪੇਪਰ ਇੰਦਾ ਪਿਛਲਾ ਜਿਹੜਾ ਭਰਤੀ ਹੋਏ ਦੇ ਬੱਚੇ ਪੇਪਰ ਲੈਤਾ ਜਾ ਜਾਂਦਾ ਜਾਂ ਵਕੈਂਸੀ ਵਧਾਈ ਹੁਣ ਜਿਹੜੇ ਬੱਚੇ ਅੱਗੇ ਐਡ ਕਰਾ ਦੇਣ ਤੇ ਉਨੇ ਹੀ ਜਾਂ ਐਡ ਨਹੀਂ ਕਰਨ ਜੇ ਐਡ ਕਰਨਾ ਹੋਣੀ ਇਹਦੇ ਵਕੈਂਸੀ ਵਧਾਣ ਬੱਚੇ ਨਹੀਂ ਸਰ ਬੱਚੇ ਨਹੀਂ ਵਕੈਂਸੀ ਨਹੀਂ ਵਧਾਦੇ ਐਡ ਬੱਚੇ ਨੇ ਕਰਿਉੜੇ ਵਿੱਚ ਤਿੰਨ ਸਾਲ ਹੋਈਆ ਜਿਨੇ ਬੱਚੇ ਪਿੱਛੇ ਬੈਠੇ ਦੇ ਅਗਰ ਓਨ ਬੱਚੇ ਹੋਰ ਐਡ ਕੀਤੇ ਵੇ ਸਰ ਅਗਰ ਹੁੰਦਾ ਨੰਬਰ ਆਈਆ ਤੇ ਇਹਦੇ ਬੱਚੇ ਰੇ ਵਿੱਚ ਆਈਆਂ ਇੰਦੇ ਨਾਲ ਤਾਂ ਧੋਖਾ ਹੀ ਆ ਸਰ ਬੱਚੇ ਗਨ ਨੇ ਆ ਸਭ ਨੂੰ ਨਾ ਹੋਣਾ ਚਾਹੀਦਾ ਸਰ ਸਾਡੀ ਰਿਕਵੈਸਟ ਹੈ ਕਿ ਇੰਦਾ ਬੱਚਾ ਦਾ ਪੇਪਰ ਲੈਤਾ ਜਾ ਜਾਂ ਬਗਿਆਸੀ ਵਧਾਈ ਜਾ ਜੇ ਹੋਰ ਬੱਚੇ ਐਡ ਕਰਨੇ ਨੇ ਜਾਂ ਉਹਦੀ ਪਰਤੀ ਲੱਗ ਕਰਵਾਈ ਜਾ ਸਰ ਆਸੀਆ ਚਾਨੀ ਤੁੰਦੇ ਗ੍ਰਾਮ ਵਿੱਚ ਹੋਰ ਵੀ ਐ ਕੋਈ ਬੱਚੇ ਹਨ ਭਈ ਜਿਨੇ ਇਹ ਬਾਰਡਰ ਬਟਵਾਰੀਆਂ ਚ ਹਾਂਜੀ ਬੱਚੇ ਹੋਰ ਵੀ ਹਨ ਅੱਛਾ ਹਾਂ ਸਾਡੇ ਇਥੇ ਪਰਗਵਾਲ ਪੰਜ ਬਟਵਾਰਾਂ ਸੱਤ ਚੜੀਆਂ ਇੰਦੇ ਕੁ 50 ਬੱਚੇ ਨੇ ਪਰਤੀ ਹੋ ਦੇਣ ਅੱਛਾ ਹਾਂਜੀ ਆਮ ਜਿਹੜੇ ਇੱਥੋਂ ਦੇ ਬਸਨੀਕ ਨੇ ਇਸ ਬਾਰਡਰ ਬੈਲਟ ਦੇ ਉਹਦਾ ਆਪੇਸ਼ਾ ਕਿ ਹੈ ਜ਼ਿੰਮੇਦਾਰੀ ਹੈ ਹੋਰ ਵੀ ਹੈ ਜ਼ਿੰਮੇਦਾਰੀ ਬਸ ਕੱਖਣੀ ਜ਼ਿੰਮੇਦਾਰੀ ਐ ਪੈਸੇ ਮੁੰਜੀ ਐ ਐਨ ਪਈ ਤੇ ਜ਼ੀਰੋ ਹੀ ਐ ਬਿਲਕੁਲ ਕੱਖ ਨਾ ਲੱਭਾ ਤਾਂ ਉਹਨਾਂ ਕਾਹਨ ਕਹਦਾ ਕਨ ਕਈ ਕੋਈ ਮੇਦਨੀ ਹੈ ਜਿਹੜੇ ਹਾਲਤ ਬਣਦੇ ਮੌਸਮ ਜਿਹੜੇ ਬਣਦਾ ਇੰਦੀ ਵੀ ਕੋਈ ਉਹ ਨਹੀਂ ਐ ਜਿਹੜੇ ਅਸੀਂ ਪਹਿਲੇ ਦੇਗੇ ਮੁੰਜੀ ਮੋਕੇ ਮਾਰ ਲੱਗੀ ਲੱਖ ਲੱਖ ਰੁਪਏ ਥਾਲਾ ਡੁੱਬੀ ਜਾਂਦੇ ਅਸ ਜਿੰਨੇ ਵੱਡੋ ਵੱਡਾ ਜ਼ਿੰਮੇਦਾਰ ਉਹ 10 ਲੱਖ ਡੁੱਬਿਆ ਉਹ ਜਿਹੜਾ ਨਿਕਲ ਨਿਕਾਦਾ ਉਹ ਲੱਖਾਂ ਰੁਪਏ ਡੁੱਬਿਆ ਤੇ ਜੇ ਉਹ ਨਿਕਾ ਜ਼ਿੰਮੇਦਾਰ ਤਾਂ ਯਾਰ ਆਪਣੇ ਮਾਰਿਆ ਤਾਂ ਗਵਰਨਮੈਂਟ ਹੀ ਮਾਰਾ ਦੀ ਆਹੀਂ ਗਵਰਨਮੈਂਟ ਹੀ ਕਹੇ ਦੀ ਆਦੀ ਹੈ ਕੋਈ ਵਿਕਾਸਵਾਦੀ ਤੇ ਜਿਹੜੇ ਕੋਈ ਕੰਮ ਨਾ ਤੁੰਦੇ ਤਾਂ ਚੱਲ ਸਾਡੇ ਕੋਈ ਨਹੀਂ ਕੋਈ ਬੰਦਰ ਸਭ ਬੰਦਲ ਸਭ ਬੰਦਰ ਕੰਮ ਕੋਈ ਕੋਈ ਵਿਕਾਸ ਨਹੀਂ ਹੋਇਆ ਕੋਈ ਕਿਸਮ ਨਹੀਂ ਹੋਇਆ ਤੇ ਅੱਛਾ ਹਾਂ ਕੋਈ ਨੌਕਰੀ ਪੈਸਾ ਲੱਗਿਆ ਤਾਂ ਅਸੀਂ ਇਹ ਮੇਰੇ ਇੱਕ ਫੌਜ ਦਾ ਜਾਂ ਪੁਲਿਸ ਤਾਂ ਉਹ ਵੀ ਕੋਈ ਨਹੀਂ ਹੋਇਆ ਦੀ ਨਾ ਕਿਸੇ ਜ਼ਿੰਮੇਵਾਰੀ ਆਹੀਂ ਬਿਲਕੁਲ ਕੋਈ ਕੱਖ ਨਹੀਂ ਅੱਛਾ ਹਾਂਜੀ ਤਾਂ ਬੇਲੇ ਸਰ ਬੀ ਐਲ ਜਿਹੜਾ ਖਾਦ ਉਥੋਂ ਹੀ ਜਾਂਦਾ ਹਾਂ ਉਹ ਲੱਭਿੰਦਾ ਅੱਛਾ ਉਹ ਲੱਭਦਾ ਉਹ ਉਹ ਲੱਭਦਾ ਉਹ ਤਰਾ ਬਲੈਕ ਲਬ ਦਾ ਬਣਾ ਹੀ ਸੀ ਸੀ ਹੀਰੋ ਟਵਰ ਲਬ ਦਾ ਦੇਖੀ ਇਹ ਗਵਰਨਮੈਂਟ ਸੁਰਤੀ ਹੋਰ ਕਾਹ ਕਿ ਆਖਣੇ ਤਾਂ ਜੋ ਮੈਂ ਆਟਾ ਲਵਾਦਾ ਤਾਂ ਸਾਡੇ ਫਸਲ ਦੀ ਰੇਟ ਕਣੀ ਆ ਚਲੋ ਉਹਨੇ ਸਾਵਾਂ ਕਰੀ ਡਿਆ ਨਾ ਵੀ ਜਿਸ ਬਿੱਲ ਸਾਵਾਂ ਕੀਆ ਕੀਤਾ ਤੇ ਅੱਗੇ ਮੁੰਜੀ ਬਿਗਦੀ ਸਾਰੇ 5000 ਉਹਨ ਮੁੰਜੀ ਬਿਗਾਈ ਸਾਰੇ 3000 5000 ਦੇ 3000 ਸਤ ਨਹੀਂ ਇਸ ਵੇਲੇ ਤੋਂ ਸਾਡੀ ਬਰਚਾਉ ਲੈਣ ਜਾਓ ਤੇ ਉਹ ਤੇ 100 ਰੁਪਏ ਕਿਲੋ ਤੇ ਅਸੀਂ 400 ਰੁਪਏ ਕਿਲੋ ਦੇਣਗੇ ਪਰ ਸਾਡੀ ਮੁੰਜੀ ਓ 300 ਰੁਪਏ ਕਿਲੋ ਕਿਉਂ ਐਸਾ ਕੀ ਇਹ ਗਵਰਨਮੈਂਟ ਦੀ ਪਤਾ ਗਵਰਨਮੈਂਟ ਦੀ ਪਾਲਿਸੀਆਂ ਗਵਰਨਰ ਮਤੀ ਪਾਲ ਸੀ ਗਵਰਨਰ ਕੇ ਇਹ ਨਹੀਂ ਹੈ ਭਾਈ ਰਾਸ਼ਨ ਮੁਫਤ ਦਿਹਾ ਦੇ ਇਧਰ ਪੂਰਾ ਨਹੀਂ ਉਹ ਉਸ ਮਖਤਰਾ ਹੀ ਚੰਗਾ ਕਿ ਮੁਖਤ ਨਹੀਂ ਲਿਆ ਸੀ ਤਾਂ ਰੇਟ ਸਾ 2500 3000 ਕਨਕਾ ਬਣੀ ਆ ਤਾਂ ਅਸੀਂ ਕੋਈ ਜ਼ਰੂਰਤ ਨਹੀਂ ਮੁਖਤ ਰਾਸ਼ਨ ਖਾਣ ਦੀ ਅੱਛਾ ਆਇ ਮਖਤਰਾ ਸ ਲੈਣੀ ਨਹੀਂ ਬਿਣਨੀ ਦਿਹਾ ਰਾ ਬਸ ਰੇਟ 2500 3000 ਕਨਕਾ ਕੰਟਰੋਲ ਹੀ ਆ ਤਾਂ ਅਸੀਂ ਕੋਈ ਜ਼ਰੂਰਤ ਨਹੀਂ ਹੋਰ ਕੇ ਕੇ ਤੁਸੀਂ ਮੁਸ਼ਕਲਾਂ ਜਿਹੜੀਆਂ ਨੇ ਇਸ ਸੀਮਾ ਵਰਤੀ ਇਲਾਕੇ ਸ਼ੀਮਾ ਦੇ ਪਰ ਇੱਥੇ ਮਾਰੇ ਬਾਰਡਰ ਹੋਣੇ ਆਹ ਸਾ ਮੁਸ਼ਕਲਾਂ ਸਾੜੀ ਚੱਲਦੀ ਰਹੁੰਦੀਆਂ ਇੱਥੇ ਤਾਂ ਕੋਈ ਆਈ ਨਹੀਂ ਅੱਗੇ ਸਰਵਿਸ ਗੱਡੀਆਂ ਵੀ ਆਈ ਭੀ ਟਾਈਮ ਤੋਂ ਟਾਈਮ ਜੰਦੀ ਤਾਂ ਜੋ ਇਹ ਕਰੋਨਾ ਜਿਹੜਾ ਹੋਇਆ ਤਾਂ ਅਸੀਂ ਭਣਿਆ ਬੜੀ ਮੁਸ਼ਕਲ ਹੀ ਜੀ ਕਰੋਨਾ ਨਾਲ ਅਸੀਂ ਭਣਿਆ ਮਾਰੜਿਆ ਜਿਹੜਾ 20 ਬਕਰਾਇਆ ਦਾ ਉਤਰੀਲੇ ਚ ਚਾਰ ਕਿਲੇ ਕੰਸਰਟ ਹੋ ਗੋ ਤੇ ਜੇ ਹੁਣ ਤੇਲਾ ਦੇ ਰੇਟ ਔਰ ਵਧਦੇ ਨੇ ਜੇ ਕੋਈ 10-15 ਰੁਪਏ ਲੀਟਰ ਅੱਗੇ ਵਧੇ ਤੇ ਫਿਰ ਤੇ ਕਰਾਇਆ ਔਰ ਵਧਣਾ ਉਹ ਕਰਾਇਆ ਹੀ ਵਧਣਾ ਜੈਕਟਰਾਂ ਦੀ ਬੋਈ ਵਧਣੀ ਹਰ ਵਕੀ ਦਾ ਜਿਹੜਾ ਤੇਲ ਵਧਿਆ ਦਾ ਸਾਰੇ ਬਗਾਂ ਸਿਲੰਡਰ ਵੀ ਵਧਾ ਦੇਣਾ ਖੈ ਸੁਣ ਨਹੀਂ ਆਇਆ ਸਿਲੰਡਰ ਮਦਾ ਦੇ ਮਗਾਈਦਾ ਸੀ ਮਾਰ ਕੇ ਮਾਰੇ ਮਗਾਈ ਤੇ ਹੁਣ ਜਿਹੜੀਆਂ ਡੋਬਾਂ ਤੇ ਓਬੀ ਤੇ ਰਿਆਚ ਨਹੀਂ ਆਉਂਦੀ ਹੁਣ ਡੋਬਾਂ ਵੀ ਨਹੀਂ ਆਉਂਦੀ ਲੱਕੜੀ ਵਣਾਂਦੀ ਐਸੇ ਉਲਟੇ ਉਲਟੇ ਰੋੜੇ ਰੋੜਾ ਦੇ ਕੰਨ ਉਹ ਤਾਂ ਮੁਸ਼ਕਲ ਹੋਈ ਗਈ ਮੁਸ਼ਕਲ ਹੈ ਡੋਬਾਂ ਦਾ ਚਲੋ ਯਾਰ ਹੁਣ ਤਾਂ ਸਿਲੰਡਰ ਵੀ ਆਸ 90 ਦਾ 60 ਰੁਪਏ ਲੈ ਦਿਆਂ ਅਗਾ ਸਬਸਿਡੀ ਆਉਂਦੀ ਹੁਣ ਸਬਸਿਡੀ ਖਤਮ ਹੋ ਗਈ ਸਭ ਕੁਝ ਸੋਈ ਖਤਮ ਹੋਈਦਾ ਧੰਨਵਾਦ ਜੀ ਸੀਮਾ ਵਰਤੀ ਇਲਾਕੇ ਦੇ ਲੋਕਿੰਗੀ ਕਿੰਗੀ ਮੁਸ਼ਕਿਲਾਂ ਦੇ ਸਾਹਮਣਾ ਕਰਨਾ ਪਵਾ ਕਰਦਾ ਔਰ ਖਾਸ ਕਰੀ ਹੈ ਬੱਚਿਆਂ ਕੀ ਲਈ ਹੈ ਲੋਕਿੰਗੀ ਕਾਫੀ ਜਿਹੜੀ ਦਿੱਕਤਾਂ ਉਹ ਆਵਾ ਕਰਦੀਆਂ ਸਰਕਾਰਗੇ ਵੀ ਚਾਹੀਦਾ ਹੈ ਕਿ ਜੀਆਂ ਪਹਿਲੇ ਸੀਮਾ ਵਰਤੀ ਇਲਾਕੇ ਚ ਪਰਸੀ ਦੀ ਡਰਾਈਵ ਚਲਾਈ ਜਾਂਦੀ ਸੀ ਉਸ ਸਭਾ ਦੀ ਡਰਾਈਵ ਚਲਾਈ ਜਾ ਔਰ ਜਿਹੜੀ ਬਾਰਡਰ ਵਟਾਲੀਅਨ ਚ ਜਿਨੇ ਬੱਚੇ ਪਰਸੀ ਹੋਈਏ ਦੇਨ ਉਹਨੇਗੀ ਉਹਦੇ ਬਾਰੇ ਚ ਤੌਲੇ ਕੋਲਾ ਤੌਲੇ ਕੋਈ ਫੈਸਲਾ ਲੈ ਤਾਂ ਕਿ ਉਹਦੇ ਮਾਪਬਪ ਜਿਹੜੀ ਜੱਕੋ ਤਕੇ ਦੀ ਸਥਿਤੀ ਚ ਲੱਗੇ ਦੇਨ ਉਹਨੇਗੀ ਵੀ ਥੋੜੀ ਹਰੀ ਰਾਹਤ ਹੋਈ ਸਕੇ